ਜਿਹੜੇ ਇਹ ਆ ਇਹ ਇਹਦੇ ਸੀਟਾਂ ਦੇ ਕੰਟਰੋਲ ਆ, 에ਅਰ ਨਾਲ ਕੰਟਰੋਲ ਹੁੰਦੀਆਂ ਨੇ ਇਹ। ਇਹਦੇ ਤੋਂ ਸੀਟ ਜੇ ਥੱਲੇ ਕਰਾਂਗੇ ਤਾਂ ਥੱਲੇ ਚਲੀ ਜਾਊਗੀ, ਆ ਦੇਖੋ, ਅਤੇ ਬੰਦਾ ਉੱਤੇ ਬੈਠਾ ਤਾਂ ਥੱਲੇ ਚਲੀ ਜਾਣੀ, ਆ ਦੇਖੋ ਚਲੀ ਗਈ, ਅਤੇ ਐਂ ਕਰਾਂਗੇ ਤਾਂ ਉੱਪਰ ਆ ਜਾਣੀ ਆ। ਇਹਦੇ ਵਿੱਚ ਆਲਮੋਸਟ 1100 ਲੀਟਰ ਤੇਲ ਪੈ ਜਾਂਦਾ ਡੀਜ਼ਲ ਦੋਨਾਂ ਟੈਂਕਾਂ ਦੇ ਵਿੱਚ ਰਲਾ ਕੇ, ਹੈ ਨਾ। ਹੁਣ ਦੋਸਤੋ ਆਪਾਂ ਇਹਨੂੰ ਸਟਾਰਟ ਕਰਦੇ ਹਾਂ। ਪਹਿਲਾਂ ਇਹਦਾ ਬ੍ਰੇਕ ਪੈਡਲ ਪ੍ਰੈਸ ਕਰਨਾ ਪੈਂਦਾ, ਅਤੇ ਫਿਰ ਆਪਾਂ ਸੈਲਫ ਮਾਰਦੇ ਹਾਂ ਇਹਦੀ। ਜੇ ਗੇਅਰ ਦੇ ਵਿੱਚ ਹੋਵੇ ਨਾ ਫਿਰ ਇਹਦੀ ਸੈਲਫ ਵਗੈਰਾ ਕੰਮ ਨਹੀਂ ਕਰਦੀ, ਸੋ ਇਹਦੇ 'ਚ ਬਹੁਤ ਸੇਫਟੀ ਫੀਚਰ। ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਮੇਰਾ ਨਾਮ ਸੱਤੀ ਦਿਓਲ ਆ, ਅਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕਿਆ ਆਪਣੇ ਬਿਕਰਮ ਬਾਈ ਦੇ ਚੈਨਲ ਦੇ ਲਈ। ਉਹਦੇ ਵਿੱਚ ਆਪਾਂ ਆਪਣਾ ਮੈਸੀ ਫਰਗੂਸ਼ਨ 135 ਰੀਸਟੋਰ ਕੀਤਾ ਸੀ, ਅਤੇ ਉਹ ਆਪਾਂ ਸਾਰਿਆਂ ਦਾ ਸ਼ੇਅਰ ਕੀਤਾ ਸੀਗਾ। ਸੋ ਸਾਰੇ ਬਾਈਆਂ ਦੀ ਇੱਕ ਕੰਪਲੇਂਟ ਬਹੁਤ ਸੀਗੀ ਕਿ ਆਵਾਜ਼ ਬਹੁਤ ਘੱਟ ਆ, ਸੋ ਇਹ ਵੀਡੀਓ ਦੇ ਵਿੱਚ ਖਿਆਲ ਰੱਖਿਆ ਵੀ ਆਵਾਜ਼ ਪ੍ਰੋਪਰ ਆਵੇ, ਹੈ ਨਾ। ਅਤੇ ਇਹ ਵੀਡੀਓ ਆਪਾਂ ਬਣਾ ਰਹੇ ਹਾਂ ਆਪਣੇ ਬਿਕਰਮ ਬਾਈ ਦੇ ਚੈਨਲ ਲਾਈਫ ਗੇਮਸ ਵਿਦ ਬਿਕਰਮਦੀਪ ਸਿੱਧੂ। ਅਤੇ ਇਹ ਵੀਡੀਓ ਦੇ ਵਿੱਚ ਆਪਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ 2022 ਮਾਡਲ ਦਾ ਫਰੇਟਲਾਈਨਰ ਕੈਸਕੇਡੀਆ ਟਰੱਕ, ਜਿਹੜਾ ਕਿ ਆਟੋਮੈਟਿਕ ਆ। ਅਤੇ ਇਹ ਆਪਾਂ ਹਲੇ ਹੁਣੇ ਹੁਣੇ ਲਿਆਂਦਾ ਹੀ ਆ, 2 ਦਿਨ ਹੋਇਆ ਲਿਆਂਦੇ ਨੂੰ। ਅਤੇ ਕਿਸੇ ਵੀ ਟ੍ਰਿਪ ਤੋਂ ਪਹਿਲਾਂ ਯਾਨੀ ਸੋਚਿਆ ਕਿ ਵੀਡੀਓ ਬਣਾਈ ਜਾਵੇ ਅਤੇ ਸਾਰਿਆਂ ਨਾਲ ਸ਼ੇਅਰ ਕੀਤੀ ਜਾਵੇ। ਅਤੇ ਬਿਕਰਮ ਬਾਈ ਦਾ ਬਹੁਤ ਬਹੁਤ ਧੰਨਵਾਦ, ਅਤੇ ਜਿਹੜਾ ਕਿ ਸਾਰਿਆਂ ਨੂੰ ਇੰਨੀ ਵਧੀਆ ਵੀਡੀਓ ਦੇ ਰਿਹਾ ਵਾ। ਬਾਈ ਦਾ ਇਨਫੋਰਮੇਟਿਵ ਬਲੌਗ ਹੁੰਦੇ ਆ, ਜਿਹਦੇ ਵਿੱਚ ਬਾਈ ਆਪਣੇ ਟਰੈਕਟਰਾਂ ਨੂੰ ਰੀਸਟੋਰ ਕਰਨ ਬਾਰੇ ਸਾਰੀ ਇਨਫੋਰਮੇਸ਼ਨ ਲੋਕਾਂ ਨਾਲ ਸ਼ੇਅਰ ਕਰਦਾ ਸਟੈਪ ਬਾਏ ਸਟੈਪ। ਅਤੇ ਬਾਈ ਨੇ ਵੀ ਨਵਾਂ ਕੰਮ ਸ਼ੁਰੂ ਕੀਤਾ ਵਾ, ਅਤੇ ਉਮੀਦ ਆ ਵੀ ਬਾਈ ਬਹੁਤ ਸਕਸੈਸ ਕਰੂਗਾ ਟਰੈਕਟਰ ਰੀਸਟੋਰੇਸ਼ਨ ਦੇ ਵਿੱਚ। ਅਤੇ ਕੁਆਲਿਟੀ ਰੀਸਟੋਰੇਸ਼ਨ ਵਰਕ ਕਰ ਹੀ ਰਿਹਾ ਆਲਰੇਡੀ, ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਵਾ। ਅਤੇ ਬਾਈ ਦੇ ਸਾਰੇ ਸਬਸਕ੍ਰਾਈਬਰਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਜਾਣੀ ਮਤਲਬ ਬਾਈ ਦੇ ਚੈਨਲ ਸਬਸਕ੍ਰਾਈਬ ਕੀਤਾ। ਅਤੇ ਬਿਕਰਮ ਬਾਈ ਨੂੰ ਵੀ ਆਪਾਂ ਜਾਣੀ 1,00,000 ਸਬਸਕ੍ਰਾਈਬਰ ਹੋਣ ਦਾ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ, ਅਤੇ ਉਮੀਦ ਕਰਦੇ ਹਾਂ ਕਿ ਬਾਈ ਛੇਤੀ ਹੀ ਮਿਲੀਅਨ ਸਬਸਕ੍ਰਾਈਬਰ 'ਤੇ ਪਹੁੰਚੂਗਾ। ਸੋ ਆ ਜਾਓ, ਜ਼ਿਆਦਾ ਲੰਬਾ ਨਾ ਕਰਦੇ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਆਪਾਂ ਇਹਦੇ ਇੰਜਣ ਤੋਂ ਸ਼ੁਰੂ ਕਰਾਂਗੇ, ਅਤੇ ਪਹਿਲਾਂ ਤੁਹਾਨੂੰ ਸਾਰਾ ਇੰਜਣ ਬਾਰੇ ਇਨਫੋਰਮੇਸ਼ਨ ਦੇਵਾਂਗੇ, ਅਤੇ ਫਿਰ ਅੰਦਰੋਂ ਵੀ ਦਿਖਾਵਾਂਗੇ। ਅਤੇ ਇਹ ਟਰੱਕ ਬਾਰੇ ਇਨਫੋਰਮੇਸ਼ਨ, ਪਹਿਲਾਂ ਤਾਂ ਇਹ 2022 ਮਾਡਲ ਫਰੇਟਲਾਈਨਰ ਕੈਸਕੇਡੀਆ ਵਾਗਾ, ਇਹ ਬਣਿਆ ਹੈਗਾ ਫਰਵਰੀ 2021 ਦੇ ਵਿੱਚ, ਪਰ ਇੱਥੇ 1 ਸਾਲ ਐਡਵਾਂਸ ਚੱਲਦਾ ਹੁੰਦਾ ਜਦੋਂ ਕਾਪੀ ਦਾ 3 ਲਿਖਦੇ ਆ ਈਅਰ ਨੂੰ। ਇਹਦੇ ਵਿੱਚ ਫਰੇਟਲਾਈਨਰ ਦਾ DD15 ਇੰਜਨ ਲੱਗਿਆ ਹੋਇਆ, ਅਤੇ ਆਟੋਮੈਟਿਕ ਟਰਾਂਸਮਿਸ਼ਨ ਹੈ ਇਹਦੇ ਵਿੱਚ, ਅਤੇ ਸਾਰੀ ਡਰਾਈਵ ਟ੍ਰੇਨ ਵਗੈਰਾ ਸਾਰੀ ਫਰੇਟਲਾਈਨਰ ਦੀ ਹੋਈ ਆ। ਇਹ ਇੱਕ ਬਹੁਤ ਵਧੀਆ ਕੰਬੀਨੇਸ਼ਨ ਆ ਐਟ ਪ੍ਰੈਜੈਂਟ, ਜਿਹੜਾ ਕਿ ਬਹੁਤ ਇਕੋਨਮਿਕ ਟਰੱਕ ਆ, ਫਿਊਲ ਇਕੋਨਮਿਕ, ਇਹਦੀ ਫਿਊਲ ਕੰਜਮਪਸ਼ਨ ਬਹੁਤ ਰੀਜ਼ਨੇਬਲ ਆ ਬਾਕੀ ਟਰੱਕਾਂ ਦੇ ਮੁਕਾਬਲੇ। ਅਤੇ ਅੱਜ ਕੱਲ੍ਹ ਇਹ ਜ਼ਿਆਦਾ ਪਾਪੂਲਰ ਨੇਗੇ ਅਮੈਰੀਕਾ ਦੇ, ਕਨੇਡਾ ਦੇ ਵਿੱਚ ਫਰੇਟਲਾਈਨਰ ਕੈਸਕੇਡੀਆ ਅਤੇ ਵੋਲਵੋ, ਇਹਨਾਂ ਦੀ ਸੇਲ ਜ਼ਿਆਦਾ ਹੁੰਦੀ ਆ। ਅਤੇ ਜਿਵੇਂ ਕੈਨਵਰਥ ਹੋ ਗਿਆ, ਪੀਟਰਬਿਲਟ ਹੋ ਗਿਆ, ਉਹ ਹਾਈ ਕਲਾਸ ਟਰੱਕ ਨੇ, ਉਹ ਜ਼ਿਆਦਾਤਰ ਫਲੀਟਾਂ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਓਨਰ ਆਪਰੇਟਰ ਬਾਏ ਕਰਦੇ ਨੇ। ਉਹ ਟਰੱਕਾਂ ਦੀ ਆਪਣੀ ਹੀ ਖਾਸੀਅਤ ਹੁੰਦੀ ਆ ਜਿਹਦੇ ਕਰਕੇ ਉਹ ਜਾਣੇ ਜਾਂਦੇ ਆ, ਅਤੇ ਹਰ ਇੱਕ ਡਰਾਈਵਰ ਦਾ ਸੁਪਨਾ ਹੁੰਦਾ ਕਿ ਉਹਦੇ ਕੋਲ ਪੀਟਰਬਿਲਟ ਜਾਂ ਕੈਨਵਰਥ ਹੋਵੇ। ਪਰ ਕਈ ਕਾਰਨਾਂ ਕਰਕੇ, ਮਤਲਬ ਫਿਊਲ ਇਕੋਨਮੀ ਹੋ ਗਈ, ਇੱਕ ਆਟੋਮੈਟਿਕ ਟਰਾਂਸਮਿਸ਼ਨ ਹੋ ਗਿਆ, ਜਿਨ੍ਹਾਂ ਕਰਕੇ ਮਤਲਬ ਕੰਪਨੀਆਂ ਜਿਹੜੀਆਂ ਉਹ ਜ਼ਿਆਦਾਤਰ ਇਹਨਾਂ ਟਰੱਕਾਂ ਨੂੰ ਪ੍ਰੈਫਰ ਕਰਦੀਆਂ ਨੇ, ਕੈਸਕੇਡੀਆ ਅਤੇ ਵੋਲਵੋ ਨੂੰ। ਅਤੇ ਸਾਰੇ ਡਰਾਈਵਰ ਵੀ ਇਹਨੂੰ ਪਸੰਦ ਕਰਦੇ ਆ ਕਿਉਂਕਿ ਇਹਦੀ ਹੈਂਡਲਿੰਗ ਬਹੁਤ ਈਜ਼ੀ ਰਹਿੰਦੀ ਆ ਪੀਟਰਬਿਲਟ ਅਤੇ ਉਹਨਾਂ ਦੇ ਮੁਕਾਬਲੇ ਨਵੇਂ ਡਰਾਈਵਰਾਂ ਦੇ ਲਈ ਜਾਂ ਘੱਟ ਐਕਸਪੀਰੀਅੰਸ ਵਾਲੇ ਬੰਦਿਆਂ ਦੇ ਲਈ। ਸੋ ਸਾਰੇ ਜਾਣੇ ਇਹ ਤੋਂ ਹੀ ਸਟਾਰਟ ਕਰਦੇ ਆ। ਆ ਜਾਓ, ਤੁਹਾਨੂੰ ਆਪਾਂ ਦਿਖਾਉਂਦੇ ਹਾਂ ਇਹ ਟਰੱਕ ਅੱਜ ਚੰਗੀ ਤਰ੍ਹਾਂ, ਅਤੇ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਦੋਸਤੋ ਤੁਹਾਨੂੰ ਇਹਦਾ ਇੰਜਣ ਦਿਖਾਉਂਦੇ ਹਾਂ ਹੁਣ। ਇਹਦਾ DD15 ਫਰੇਟਲਾਈਨਰ ਦਾ ਆਪਣਾ ਡਿਵੈਲਪ ਕੀਤਾ ਹੋਇਆ ਇੰਜਣ, ਜਿਹੜਾ ਮਰਸਡੀ ਦੀ ਟੈਕਨੋਲੋਜੀ ਦੇ ਉੱਤੇ ਬੇਸਡ ਹੈਗਾ। ਇਹ CIDI ਇੰਜਣ ਆ, 12 ਲੀਟਰ ਅਤੇ ਆਲਮੋਸਟ 450 ਹੋਰਸ ਪਾਵਰ, ਅਤੇ ਇਹ ਲੇਟੈਸਟ ਟੈਕਨੋਲੋਜੀ ਆ ਜਿਹੜੀ ਅੱਜ ਕੱਲ੍ਹ ਆ ਰਹੀ ਆ। ਇਹਦੇ ਵਿੱਚ SCR ਐਂਡ DEF ਲੱਗਾ ਹੋਇਆ, ਜਿਹੜਾ ਕਿ ਜਿਵੇਂ ਅੱਜ ਕੱਲ੍ਹ ਭਾਰਤ Stage 6 ਦੇ ਵਿੱਚ ਹੁੰਦਾ, ਆਲਮੋਸਟ ਸੇਮ ਹੀ ਆ ਸਾਰਾ ਕੁਛ ਇਹਦੇ ਵਿੱਚ, ਹੈ ਨਾ। ਅਤੇ ਇਹਦਾ ਬ੍ਰੇਕਾਂ ਵਾਲਾ ਸਿਸਟਮ ਆ, ਜੋ ਵੀ ਆ 에ਅਰ ਨਾਲ ਕੰਟਰੋਲ ਹੁੰਦਾ।
ਤੇ ਉਹ ਇਹਦਾ ਫਿਊਲ ਪੰਪ ਆ ਤੇ ਆ ਫਿਊਲ ਫਿਲਟਰ ਹੈਗਾ ਸਾਰਾ ਕੁਝ ਨਾ ਤੇ ਆ ਆਇਲ ਫਿਲਟਰ ਲੱਗਾ ਹੋਇਆ ਇਹਦਾ ਤੇ ਇਹ ਡੀਜ਼ਲ ਦਾ ਵਾਟਰ ਸੈਪਰੇਟਰ ਲੱਗਾ ਹੋਇਆ ਤੇ ਆ ਸਟੀਅਰਿੰਗ ਦਾ ਫਲੂਇਡ ਤੇ ਕੂਲੈਂਟ ਉੱਤੇ ਏਅਰ ਕਲੀਨਰ ਆ ਇਹਦਾ ਡਰਾਈ ਏਅਰ ਕਲੀਨਰ ਤੇ ਵਾਈਪਰ ਮੋਟਰ ਸੋ ਟਰੱਕਾਂ ਦਾ ਸਿਸਟਮ ਜਿੱਦਾਂ ਸਸਪੈਂਸ਼ਨ ਹੋ ਗਿਆ ਇਹ ਸਾਰਾ ਕੁਝ ਆਲਮੋਸਟ ਇੰਡੀਆ ਵਾਂਗੂ ਹੀ ਆ ਫਰੰਟ ਤੇ ਕਮਾਣੀਆਂ ਲੱਗੀਆਂ ਹੋਈਆਂ ਨੇਗੀਆਂ ਤੇ ਰੀਅਰ ਦੇ ਉੱਤੇ ਇਹਦੇ ਏਅਰ ਬੈਗ ਲੱਗੇ ਹੁੰਦੇ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਜਾਓ ਹੁਣ ਆਪਾਂ ਚੱਲਦੇ ਹਾਂ ਇਹਦੇ ਦੂਸਰੀ ਸਾਈਡ ਇੰਜਨ ਦੇ ਇਹ ਫਰੰਟ ਦੇ ਵਿੱਚ ਇਹਦੇ ਅੱਗੇ ਨਾ ਇਹ ਡੀਅਰ ਗਾਰਡ ਕਹਿ ਦਿੰਦੇ ਇਹਨੂੰ ਹਿਰਨ ਵਗੈਰਾ ਤੋਂ ਜਾਂ ਕਿਸੇ ਜਾਨਵਰ ਤੋਂ ਹੁੰਦਾ ਤੇ ਇਹਦਾ ਬੋਨਟ ਆ ਜਿਹੜਾ ਉਹ ਫਾਈਬਰ ਦਾ ਬਣਿਆ ਹੋਇਆ ਬਹੁਤ ਲਾਈਟ ਵੇਟ ਆ ਤੇ ਹਾਈਡ੍ਰੋਲਿਕ ਕੰਟਰੋਲਡ ਹੈਗਾ ਇਹਨੂੰ ਚੱਕਣਾ ਬਹੁਤ ਸੌਖਾ ਰਹਿੰਦਾ ਤੇ ਇਹਦੇ ਮੁਕਾਬਲੇ ਪੀਟਰਬਿਲਟ ਵਗੈਰਾ ਦਾ ਜਿਹੜਾ ਬੋਨਟ ਆ ਉਹ ਬਹੁਤ ਹੈਵੀ ਹੁੰਦਾ ਸੋ ਉਹਨੂੰ ਚੱਕਣ ਨੂੰ ਬਹੁਤ ਜਾਨ ਲਾਉਣੀ ਪੈਂਦੀ ਆ ਇਹ ਆ ਗਏ ਆਪਾਂ ਇਹਦੇ ਪੈਸੈਂਜਰ ਸਾਈਡ ਸੋ ਇਹਦਾ ਏ ਸੀ ਵਾਲਾ ਕੰਪਰੈਸਰ ਹੋ ਗਿਆ ਅਤੇ ਉੱਤੇ ਈ ਜੀ ਆਰ ਹੋ ਗਿਆ ਅਤੇ ਇਹਦੀ ਟਰਬੋ ਹੈਗੀ ਅਤੇ ਬਾਕੀ ਸਿਸਟਮ ਤੁਸੀਂ ਦੇਖ ਲਓ ਇਹਦਾ ਡੈਫ ਵਾਲਾ ਸਿਸਟਮ ਜੋ ਇੱਥੇ ਡੀਜ਼ਲ ਪੰਪ ਕਰਦਾ ਵਾ ਅਤੇ ਇਹਦਾ ਏਅਰ ਕੰਟਰੋਲਡ ਰੇਡੀਏਟਰ ਫੈਨ ਆ ਇਹ ਜਦੋਂ ਟਰੱਕ ਗਰਮ ਹੁੰਦਾ ਵਾ ਉਦੋਂ ਇਹ ਫੁੱਲ ਪਾਵਰ 'ਤੇ ਔਨ ਹੋ ਜਾਂਦਾ ਅਦਰਵਾਈਜ਼ ਇਹ ਲਾਈਟਲੀ ਸਪਿਨ ਕਰਦਾ ਰਹਿੰਦਾ ਪੁਲੀ ਇਹਦੀ ਫ੍ਰੀ ਹੋ ਜਾਂਦੀ ਆ ਅਤੇ ਇਹਦਾ ਹੈਗਾ ਏਅਰ ਡਰਾਇਰ ਹੈ ਨਾ ਜਿਹੜਾ ਏਅਰ 'ਚੋਂ ਮੋਇਸਚਰ ਰਿਮੂਵ ਕਰਦਾ ਵਾ ਜੋ ਬ੍ਰੇਕ ਸਿਸਟਮ ਨੂੰ ਜਾਂਦੀ ਆ ਅਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਟਰੱਕ ਨੂੰ ਸੋ ਆ ਜਾਓ ਤੁਹਾਨੂੰ ਦੂਰੋਂ ਵੀ ਥੋੜ੍ਹਾ ਵਿਊ ਦੇ ਦਿੰਦੇ ਹਾਂ ਇਸ ਤਰ੍ਹਾਂ ਦਾ ਇਹਦਾ ਵਿਊ ਆ ਅੱਗੇ ਆ ਜਾਂਦੇ ਇਹਦੇ ਟਾਇਰਾਂ ਦੇ ਉੱਤੇ ਇਹਦੇ ਵਿੱਚ ਟਿਊਬਲੈਸ ਟਾਇਰ ਪਏ ਹੋਏ ਆ ਇੱਥੇ ਸਾਰੇ ਟਿਊਬਲੈਸ ਹੀ ਚੱਲਦੇ ਆ ਅਤੇ ਇਹ ਟਾਇਰਾਂ ਦਾ ਸਾਈਜ਼ ਆ ਜਿਹੜਾ 11R22.5 ਇਹ ਰੇਡੀਅਲ ਹੁੰਦੇ ਆ ਸੋ ਇਹ ਮਿਸ਼ਲਨ ਦੇ ਟਾਇਰ ਨੇਗੇ ਜਿਹੜੇ ਜੋ ਕੰਪਨੀ ਕੰਨੀਆਂ ਨਾਲ ਆਉਂਦੇ ਆ ਸੋ ਹੁਣ ਆਪਾਂ ਇਹਦੇ ਰੀਅਰ 'ਤੇ ਚੱਲਦੇ ਹਾਂ ਰੀਅਰ ਦੇ ਉੱਤੇ ਵੀ ਸਾਰੇ ਮਿਸ਼ਲਨ ਦੇ ਟਾਇਰ ਨੇਗੇ ਅਤੇ ਆ ਇਹਦੇ ਵਿੱਚ ਪਿੱਛੇ ਕਮਾਣੀਆਂ ਨਹੀਂ ਹੁੰਦੀਆਂ ਏਅਰ ਬੈਗ ਲੱਗੇ ਹੁੰਦੇ ਆ ਜਿਹੜੇ ਕਿ ਸਸਪੈਂਸ਼ਨ ਬਹੁਤ ਸਮੂਥ ਕਰ ਦਿੰਦੇ ਆ ਇਹ ਲੇਟੈਸਟ ਟੈਕਨੋਲੋਜੀ ਆ ਏਅਰ ਸਸਪੈਂਸ਼ਨ ਦੀ ਸੋ ਦੇਖ ਲਓ ਇੱਕ ਵਿਊ ਲੈ ਲਓ ਇਹ 4x4 ਵੀ ਹੋ ਜਾਂਦਾ ਅਤੇ 2x2 ਵੀ ਹੋ ਜਾਂਦਾ ਹੈ ਨਾ 2x4 ਸੋ ਇਹਦੇ ਵਿੱਚ ਕੰਟਰੋਲਡ ਹੁੰਦਾ ਸਾਰਾ ਕੁਛ ਏਅਰ ਦੇ ਨਾਲ ਉਹਦੇ ਨਾਲ ਆਪਾਂ 4x4 'ਚ ਕਨਵਰਟ ਕਰ ਸਕਦੇ ਹਾਂ ਇਹ ਇਹਦੀ ਰੀਅਰ ਦੀ ਡਰਾਈਵ ਸ਼ਾਫਟ ਹੈਗੀ ਅਤੇ ਇਹਦੇ ਬ੍ਰੇਕ ਚੈਂਬਰ ਨੇਗੇ ਇਹਦੇ ਵਿੱਚ ਏਅਰ ਆਉਂਦੀ ਆ ਅਤੇ ਏਅਰ ਦੇ ਨਾਲ ਕੰਟਰੋਲ ਹੁੰਦੇ ਆ ਇਹਦੇ ਬ੍ਰੇਕ ਸੋ ਇਹ ਸਾਰਾ ਕੁਛ ਇਹਦਾ ਕੰਟਰੋਲ ਸਿਸਟਮ ਹੀ ਆ ਅਤੇ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ 2 ਡੀਜ਼ਲ ਟੈਂਕ ਲੱਗੇ ਹੋਏ ਆ ਇੱਕ ਡੀਜ਼ਲ ਟੈਂਕ ਇੱਧਰ ਅਤੇ ਇੱਕ ਦੂਸਰੀ ਸਾਈਡ ਲੱਗਾ ਹੋਇਆ ਇਹਦੇ ਵਿੱਚ ਆਲਮੋਸਟ 1100 ਲੀਟਰ ਤੇਲ ਪੈ ਜਾਂਦਾ ਡੀਜ਼ਲ ਦੋਨਾਂ ਟੈਂਕਾਂ ਦੇ ਵਿੱਚ ਰਲਾ ਕੇ ਹੈ ਨਾ ਅਤੇ ਆਹ ਜਿਵੇਂ ਇੰਡੀਆ ਦੇ ਘੋੜਿਆਂ ਦੇ ਵਿੱਚ ਹੁੰਦਾ ਵਾ ਗਾ ਬ੍ਰੇਕਾਂ ਵਾਲਾ ਸਿਸਟਮ ਉੱਦਾਂ ਦਾ ਹੀ ਆ ਸੇਮ ਹੀ ਹੁੰਦਾ ਇੱਕ ਇਲੈਕਟ੍ਰੀਕਲ ਵਾਇਰ ਹੁੰਦੀ ਆ ਅਤੇ ਇੱਕ ਸਪਲਾਈ ਏਅਰ ਹੁੰਦੀ ਆ ਅਤੇ ਇੱਕ ਬ੍ਰੇਕਾਂ ਵਾਲੀ ਏਅਰ ਲਾਈਨ ਹੁੰਦੀ ਆ ਸੋ ਆਹ ਮੱਡ ਗਾਰਡ ਲੱਗੇ ਹੋਏ ਨੇਗੇ ਅਤੇ ਇਹ ਰੀਅਰ ਦੇ ਉੱਤੇ ਇਹਨਾਂ ਨੇ ਫਿੰਨਾਂ ਲਾਈਆਂ ਹੁੰਦੀਆਂ ਨੇ ਜੋ ਟਰੱਕ ਅਤੇ ਟ੍ਰੇਲਰ ਦਾ ਗੈਪ ਆ ਜਿਹੜਾ ਉਹਨੂੰ ਘਟਾਉਂਦੀਆਂ ਨੇ ਜਿਹਦੇ ਨਾਲ ਇਹ ਜ਼ਿਆਦਾ ਐਰੋਡਾਇਨਮਿਕ ਹੋ ਜਾਂਦਾ ਅਤੇ ਇਹਦੀ ਫਿਊਲ ਇਕੋਨਮੀ ਆ ਜਿਹੜੀ ਇੰਪਰੂਵ ਹੋ ਜਾਂਦੀ ਆ ਨਾ ਸੋ ਇਹਦਾ ਬਾਹਰੋਂ ਇਨਫੋਰਮੇਸ਼ਨ ਸੀ ਸਾਰੀ ਅਤੇ ਆ ਜਾਓ ਹੁਣ ਤੁਹਾਨੂੰ ਆਪਾਂ ਇਹਨੂੰ ਅੰਦਰੋਂ ਵੀ ਦਿਖਾਉਂਦੇ ਹਾਂ ਇਹ ਟਰੱਕ ਨੂੰ ਕਰਦੇ ਹਾਂ ਪਹਿਲਾਂ ਇਹਦਾ ਬੋਨਟ ਵਗੈਰਾ ਬੰਦ ਕਰਕੇ ਅਤੇ ਫਿਰ ਇਹਦੇ ਅੰਦਰ ਚੱਲਦੇ ਹਾਂ ਫਿਰ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਟਰੱਕ ਹਾਂਜੀ ਦੋਸਤੋ ਆਪਾਂ ਇਹਦਾ ਹੁੱਡ ਅਤੇ ਮੂਹਰੇ ਬੰਪਰ ਆ ਜਿਹੜਾ ਉਹ ਸਾਰਾ ਕੁਛ ਫਿੱਟ ਕਰਤਾ ਬੰਦ ਕਰਤਾ ਮਤਲਬ ਕਹਿਣ ਤੋਂ ਭਾਵ ਆ ਜਾਓ ਹੁਣ ਆਪਾਂ ਇਹਦੇ ਅੰਦਰ ਚੱਲਦੇ ਹਾਂ ਅਤੇ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਟਰੱਕ ਨੂੰ ਇਹ ਇਹਦੀ ਡਰਾਈਵਰ ਸਾਈਡ ਆ ਇਹ ਤੁਹਾਨੂੰ ਥੋੜ੍ਹਾ ਦੂਰੋਂ ਵਿਊ ਦੇ ਦਿੰਦੇ ਹਾਂ ਵੀ ਕਿੱਦਾਂ ਦਾ ਵਾ ਅਤੇ ਆ ਜਾਓ ਹੁਣ ਆਪਾਂ ਇਹਦੇ ਅੰਦਰ ਚੱਲਦੇ ਹਾਂ ਅਤੇ ਇਹ ਇਹਦੀ ਸਾਰੀ ਇਨਫੋਰਮੇਸ਼ਨ ਆ ਜੋ ਵੀ ਦਿੱਤੀ ਹੋਈ ਆ ਇਹ ਫਰਵਰੀ 2021 ਦਾ ਬਣਿਆ ਹੋਇਆ ਪਰ ਇਹ ਈਅਰ ਆ ਜਿਹੜਾ ਮਾਡਲ ਇੱਥੇ 2022 ਗਿਣਿਆ ਜਾਂਦਾ ਇੱਥੇ ਐਡਵਾਂਸ ਚੱਲਦਾ ਥੋੜ੍ਹਾ ਜਿਹਾ ਇਹ ਇਹਦੇ ਡਰਾਈਵਰ ਸਾਈਡ ਦਾ ਵਿਊ ਆ ਜੋ ਤੁਸੀਂ ਦੇਖ ਰਹੇ ਹੋ ਅਤੇ ਇਹ ਲਾਈਟਾਂ ਦਾ ਕੰਟਰੋਲ
स्विच तो जो आप स्विच ऑन करते हैं तो यदा इंस्ट्रूमेंट पैनल आ सो ये 1531 किलोमीटर चलिया होया वा क्योंकि टोरंटो तो जिथे मैनुफैक्चर होंगे आलमोस्ट 1300-1400 किलोमीटर दूर आते उतों असं इन्हू चला के फिर डीलरशिप तो घर लैके इतने लैके आए यार्ड च सो ता करके 1531 किलोमीटर चल चुका पर यह हले आप किसी ट्रिप पर भेजा नहीं इनू हूँ भेजना वा सो यदा स्टेयरिंग कंट्रोल आ जिमें अजक कारा का होंगे सारा उदा ही है तो सारे वॉल्यूम कंट्रोल फोन के कंट्रोल ज ट्रक के ब्रेकों के कंट्रोल होर सारा कुछ इतने है सो यदा हैगा वा गेयर आटोमैटिक ट्रांसमिशन है यू आप न्यूट्रल दे उत्ते आ जे आप नॉब न घुमा के अगे न कर देंगे तो यह ड्राइव से चला जाएगा तो थले कर देंगे तो रिवर्स से चला जाएगा ये कोई भी क्लच वगैरह नहीं आ ये तुम देख सकते हो ब्रेक तो रेस का पैडल ही आगे दे गेयर शिफ्ट करने बारे इनफॉर्मेशन इन्होंने पेस्ट की हुई है जी तुम देख सकते हो ये लो फ्यूल की वार्निंग दे रहा क्योंकि ये डीजल फिल करने वाला हले आप कर नहीं है सो ये तो दिखा दें यदा स्पीड दिखा एग्जॉस्ट का शूट लैवल पोल्यूशन का यह कोई सैटअप ये सारे ये फंक्शन ने गे जेडे कि ड्राइवर न ट्रक बारे सारी इनफॉर्मेशन देंदे रेंदे आ होम स्क्रीन आ सो आज हम आप अंदर चलते हैं यदा व्यू आ जड़ा ये हूँ बंक के खड़ा वा इस वेले आप दिखाने यदा डैशबोर्ड का व्यू आ जड़िया सीटा ने इन्हों के उत्ते वधिया कवर एक लैदर लैदर तो नहीं कह सकते हुणी तां रैक्स ही नहीं है ये पर ठीक आ वधिया क्वालिटी दी आ ना सो जड़े ये आदि सीटा के कंट्रोल आ एयर ना कंट्रोल होंदिया ने यह तो सीट जे थले करांगे तो थले चली जाऊगी आ देखो तो बंदा उत्ते बैठा तो थले चली जानी आ देखो चली गई तो ऐ करांगे तो उपर आ जानी आ ठीक है यदा लंबर कंट्रोल भी लगा होंदा इहदे विच लंबर जिदा इतों सीट हार्ड या सॉफ्ट हो जाती है सो ये ना अगे आ लग्या होया वागा जो ड्राइवर ने रात में रेस्ट करनी है तो यह सारा इदा पड़दा हो जाता यह सारा मूहरों कवर कर लैंदा इधर एंड तक आ जाता अद्धा इधरों चला जाता अद्धा इधरों तो बचालों बंद हो जाता सो इन आप कर दें पिछे अगे आ हुण इहदे विच जे बंक नूं कल्ले नूं बंद करना होवे तां आ दो कार्टन लगे हुए आ सो अगे आ जांदे अगे आ इहदी स्टोरेज आ इहदे विच अपना कुछ भी रख सकदे आ आपां ते आ उत्ते भी स्टोरेज बनी हुई आ सारी ते इवें जिवें आ दो इहदे विच क्लोज़ेट इत्थे बणियां होईयां ने इहदे विच भी आपां अपना कोई समान रख सकदे आ जिवें हुण आ ट्रक दे बैल वगैरह नेगे ये जो आया होना उतों का परमिट या पी टी आई करी होनी है ये सारे पेपर उन्होंने बच्चे पे आ सो यू कह देंगे सी बी ये एक तरह नाल रेडियो होंगे टू वे ये आप चैनल सैट करके किसी दूसरे बंदे नाल गल कर सकते हैं जिहड़ा सेम फ्रीकुएंसी के उत्ते ट्यून किया होया हो पसेंजर साइड का स्टोरेज आ ये भी ट्रक का ही कोई जिदा रेडियो दियां बुकलेटां वगैरह जां होर फौजी का समान पिया होया वा सो आ जांदे आ हुण आपां इहदे चलदे आ कैब दे विच ये देखो कैब च पहला अंधेरा पै रहा हुण आपां इहदियां लाइटां ऑन करदे आ इहदे विच बहुत वधिया लाइटां लगियां होईयां ने रूफ ते काफ़ी टॉल ट्रक आ ये आप जिदा 6 फुट 6.5 फुट का बंदा आराम नाल खड़ा हो सकता सीधा तो आज तुहानू दिंदे आ व्यू ये हैगे पर्दे जिहड़े एक तरह नाल अपने कैबन आइसोलेट कर देंगे फ्रंट तो कवर कर देंगे इन्हों इदा रोल करके आप विचाले बालकरो कर लें सो आज हम तुम दिखाने ये आ जी ये भी कोई स्टोरेज आ ड्राइवर वास्ते तो आ भी ये एक तरह का कपड़े वगैरह टंगण नूं हैंगर दे पा के बड़ी स्टोरेज दिती हुई आ ते ये भी ये गां अगे छोटिया स्टोरेजा ने ते इहदी जिहड़ी आ हीट वाला वेंट आ इहदे विचों हीट जां एसी आउंदा रहिंदा सो इधर आ जांदे आ इधर भी सेम उन्होंने स्टोरेज दिती हुई आ ते ये जिहड़ा खाना वा इहदे विच माइक्रोवेव फिट हो जांदा जिहड़ा कि आपां नूं आप लगाउणा पैंदा ते अगे तुहानूं दिखाउणे आ इहदी फ्रिज इहदे विच ना ये फ्रिज लगी हुई आ रेफ्रिजरेटर
ਇਹਦੇ ਵਿੱਚ ਤੁਸੀਂ ਕੁਝ ਵੀ ਰੱਖ ਸਕਦੇ ਹੋ। ਇਹ ਚ ਈਵਨ ਆਈਸ ਵੀ ਜੰਮ ਜਾਂਦੀ ਆ, ਦੇਖੋ ਆਈਸ ਟ੍ਰੇ ਲਈ ਵੀ ਜਗ੍ਹਾ ਬਣੀ ਹੋਈ ਆ। ਤੇ ਦੋਸਤੋ ਨਵਾਂ ਟਰੱਕ ਚਲਾਉਣ ਦਾ ਬਹੁਤ ਨਜ਼ਾਰਾ ਵਾ, ਬਹੁਤ ਕਿਸਮਤ ਨਾਲ ਮਿਲਦਾ ਡਰਾਈਵਰਾਂ ਨੂੰ। ਜਦੋਂ ਅਸੀਂ ਟਰੱਕ ਚਲਾਉਣੇ ਸ਼ੁਰੂ ਕੀਤੇ ਸੀ ਹੈ ਨਾ, ਤਾਂ ਸਾਨੂੰ ਮੇਰੇ ਮਾਲਕ ਨੇ, ਜਿਹਦਾ ਮੈਂ ਟਰੱਕ ਚਲਾਉਂਦਾ ਹੁੰਦਾ ਸੀ ਨਾ, ਉਹਨੇ ਮੈਨੂੰ 2001 ਮਾਡਲ ਟਰੱਕ ਲੈ ਕੇ ਦਿੱਤਾ ਸੀਗਾ। ਸੋ ਆਪਾਂ ਮਾੜਾ ਨਹੀਂ ਕਹਿੰਦੇ, ਉਹ ਚਲਾ ਕੇ ਹੀ ਇੱਥੇ ਤੱਕ ਪਹੁੰਚੇ ਹਾਂ, ਉਹ ਚਲਾਉਂਦੇ ਰਹੇ ਹਾਂ। ਸੋ ਕਦੇ ਵੀ ਆਪਾਂ ਨੂੰ ਨਾ ਆਪਣੇ ਕੰਮ ਬਾਰੇ ਗਲਤ ਨਹੀਂ ਸੋਚਣਾ ਚਾਹੀਦਾ, ਵਫਾ ਕਰਨੀ ਚਾਹੀਦੀ ਹੈ ਕੰਮ ਨਾਲ। ਜੇ ਕੰਮ ਦੇ ਪ੍ਰਤੀ ਇਮਾਨਦਾਰ ਹੋਵਾਂਗੇ ਤਾਂ ਹੀ ਆਪਾਂ ਅੱਗੇ ਵੱਧਦੇ ਹਾਂ। ਅਤੇ ਦੋਸਤੋ ਇਹ ਅੱਗੇ ਹੈਗਾ ਇਹਦਾ ਬੈੱਡ, ਇਹਦੇ ਵਿੱਚ ਡਬਲ ਬੈੱਡ ਲੱਗਾ ਹੁੰਦਾ, ਇੱਕ ਨੀਚੇ ਅਤੇ ਇੱਕ ਉੱਪਰ ਲੱਗਾ ਹੁੰਦਾ ਹੈ ਨਾ। ਇਹ ਨੋਰਮਲੀ ਫੋਲਡ ਰਹਿੰਦਾ ਜਿੰਨਾ ਚਿਰ ਤੱਕ ਇੱਕ ਬੰਦਾ ਟਰੱਕ ਚਲਾਉਂਦਾ, ਜਦੋਂ ਦੋ ਚਲਾਉਂਦੇ ਤਾਂ ਦੋਨੇ ਖੋਲ੍ਹ ਕੇ ਸੌਂ ਸਕਦੇ ਆ ਹੈ ਨਾ। ਇਹ ਲੈਡਰ ਲੱਗੀ ਹੋਈ ਆ ਪੌੜੀ, ਇਹਦੇ ਵਿੱਚ ਚੜ੍ਹਨ ਨੂੰ ਇਹ ਖੁੱਲ੍ਹ ਜਾਂਦੀ ਆ। ਸੋ ਇਹ ਅੱਗੇ ਹੈਗੇ ਇਹਦੇ ਮੈਟਰਸ ਦੋ, ਇਹ ਨਵਾਂ ਟਰੱਕ ਲਿਆਂਦਾ ਕਰਕੇ ਹਲੇ ਆਪਣੇ ਪੈਕ ਪਏ ਆ। ਇਹ ਜਿਹੜਾ ਕੋਈ ਵੀਰ ਪਹਿਲੀ ਵਾਰੀ ਲੈ ਕੇ ਜਾਊਗਾ ਟਰੱਕ ਨੂੰ ਹੈ ਨਾ, ਉਹ ਖੋਲ੍ਹ ਕੇ ਵਿਛਾਊਗਾ ਇਹਨਾਂ ਨੂੰ। ਅਤੇ ਇਹ ਬੋਕਸ ਦੇ ਵਿੱਚ ਪਤਾ ਨਹੀਂ ਕੀ ਚੀਜ਼ ਆ, ਇਹਦੇ ਵਿੱਚ 220 ਵੋਲਟ ਦੇ ਪਲੱਗ ਲੱਗੇ ਹੋਏ ਆ, ਜੇ ਆਪਾਂ ਲੈਪਟੋਪ ਵਗੈਰਾ ਚਲਾਉਣਾ ਹੋਵੇ ਜਾਂ ਟੀਵੀ ਚਲਾਉਣਾ ਹੋਵੇ। ਅਤੇ ਇਹ ਆਊਟਲੈਟ ਲੱਗੀਆਂ ਹੋਈਆਂ ਨਹੀਂ ਆ, ਜੇ ਡਰਾਈਵਰ ਨੇ ਕੁਛ ਵੀ ਇੱਥੇ ਚਾਰਜਰ ਵਗੈਰਾ ਲਾਉਣਾ ਜਾਂ ਕੁਛ ਵੀ ਲਗਾਉਣਾ। ਅੱਗੇ ਦੋਸਤੋ ਹੁਣ ਤੁਹਾਨੂੰ ਦਿਖਾਉਂਦੇ ਆ ਇਹਦੇ ਕੰਟਰੋਲ ਕੈਬਨ ਦੇ। ਜਦੋਂ ਕਿਸੇ ਡਰਾਈਵਰ ਵੀਰ ਨੇ ਰਾਤ ਨੂੰ ਸੌਣਾ ਹੁੰਦਾ ਤਾਂ ਉਹ ਅੱਗੋਂ ਟਰੱਕ ਬੰਦ ਕਰ ਦਿੰਦਾ ਵਾ, ਅਤੇ ਆਹ ਇਹਦੇ ਵਿੱਚ ਇੱਕ ਤਰ੍ਹਾਂ ਦੀ ਹੀਟ ਲੱਗੀ ਹੋਈ ਆ ਜਿਹੜੀ ਡੀਜ਼ਲ ਨਾਲ ਚੱਲਦੀ ਹੁੰਦੀ ਆ, ਡੀਜ਼ਲ ਜਾਂ ਬੈਟਰੀ ਨਾਲ। ਇਹ ਖੜ੍ਹੇ ਟਰੱਕ ਦੇ ਵਿੱਚ ਇਹਦੇ ਵਿੱਚ ਹੀਟ ਪੈਦਾ ਕਰਦੀ ਆ, ਆਪਾਂ ਇੱਥੋਂ ਟੈਂਪਰੇਚਰ ਸੈੱਟ ਕਰ ਲਈਦਾ ਅਤੇ ਇਹ ਆਟੋਮੈਟਿਕ ਟੈਂਪਰੇਚਰ ਮੇਨਟੇਨ ਕਰਦੀ ਆ। ਅਤੇ ਆਹ ਹੈਗਾ ਕੰਟਰੋਲ, ਜਦੋਂ ਰਨਿੰਗ ਟਰੱਕ ਦੇ ਵਿੱਚ ਮੰਨ ਲਓ ਵੀ ਇੱਕ ਡਰਾਈਵਰ ਸੌਂ ਰਿਹਾ ਅਤੇ ਇੱਕ ਚਲਾ ਰਿਹਾ ਵਾ, ਅਤੇ ਉਹਨੇ ਪਿੱਛੇ ਆਪਦੀ ਹੀਟ ਵਗੈਰਾ ਕੰਟਰੋਲ ਕਰਨੀ ਆ, ਤਾਂ ਇਹ ਚੱਲਦੇ ਟਰੱਕ ਨਾਲ ਕੰਟਰੋਲ ਹੁੰਦੀ ਆ। ਸੋ ਇਹ ਕਾਰ ਵਰਗਾ ਹੀ ਕੰਟਰੋਲ ਆ। ਆਹ ਇਹਦੀਆਂ ਸਾਰੀਆਂ ਹੈਗੀਆਂ ਲਾਈਟਾਂ, ਜੇ ਬੰਦ ਕਰਨੀਆਂ ਜਾਂ ਔਨ ਕਰਨੀਆਂ ਤਾਂ ਇੱਥੋਂ ਹੋ ਜਾਂਦੀਆਂ ਨੇ। ਆਹ ਦੇਖੋ ਹਨੇਰਾ ਹੋਣ ਲੱਗ ਗਿਆ, ਸੋ ਇੱਥੋਂ ਸਾਰੀਆਂ ਬੰਦ ਹੁੰਦੀਆਂ ਅਤੇ ਚੱਲਦੀਆਂ ਨੇ ਹੈ ਨਾ। ਦੁਬਾਰਾ ਚਲਾ ਲੈਂਦੇ ਆਪਾਂ, ਹਨੇਰਾ ਹੋ ਗਿਆ। ਅਤੇ ਇਹ ਇਹਦਾ ਹੈਗਾ ਵਾ ਇਲੈਕਟ੍ਰਿਕ ਕੰਟਰੋਲ ਡਰਾਈਵਰ ਕੋਲ, ਅਤੇ ਆਹ ਇਹਦੇ ਬੈਂਟ ਨੇ, ਅਤੇ ਆਹ ਇੱਥੇ ਕੋਈ ਇਹਨਾਂ ਨੇ ਫੋਨ ਵਗੈਰਾ ਰੱਖਣ ਲਈ ਥੋੜ੍ਹੀ ਜਗ੍ਹਾ ਦਿੱਤੀ ਹੋਈ ਆ, ਇੱਥੇ ਆਪਾਂ ਰੱਖ ਸਕਦੇ ਹਾਂ। ਅੱਗੇ ਦੋਸਤੋ ਜਿਹੜਾ ਇਹਦਾ ਇਹ ਆ, ਇਹ ਹੈਗਾ ਵਾ ਬਾਹਰ ਦੇਖਣ ਦੇ ਲਈ, ਹਵਾ ਦੇ ਲਈ ਬੈਂਟ ਲਾਏ ਹੋਏ ਇਹਨਾਂ ਦੇ। ਸੋ ਇਹਨੂੰ ਆਪਾਂ ਖੋਲ੍ਹ ਵੀ ਸਕਦੇ ਹਾਂ ਸ਼ੀਸ਼ੇ ਨੂੰ, ਇੱਥੋਂ ਥੋੜ੍ਹੀ ਬਹੁਤੀ ਤਾਜ਼ੀ ਹਵਾ ਆਉਂਦੀ ਰਹਿੰਦੀ ਆ, ਜਾਂ ਚਾਨਣ ਵਗੈਰਾ ਆ ਸਕਦਾ। ਅਤੇ ਇਹ ਟਰੱਕ ਬਹੁਤ ਵਧੀਆ ਟਰੱਕ ਆ ਜੀ, ਇਹਦੇ ਵਿੱਚ ਬਹੁਤ ਜ਼ਿਆਦਾ ਜਗ੍ਹਾ ਵਾ ਗਈ ਡਰਾਈਵਰ ਦੇ ਲਈ, ਬਹੁਤ ਕੰਫਰਟੇਬਲ ਟਰੱਕ ਨੇ। ਸੋ ਵਧੀਆ ਟਰੱਕ ਬਣਾਏ ਆ ਇਹ ਫਰੇਟ ਲਾਈਨਰ ਨੇ। ਪੀਟਰਬੈਲਟ ਟਰੱਕ ਇੱਕ ਤਰ੍ਹਾਂ ਦੀ ਕਲਾਸ ਟਰੱਕ ਹੁੰਦੇ ਆ, ਅਤੇ ਉਹ ਆਪਦੀ ਜਾਣੀ ਮਤਲਬ ਸਹੂਲਤਾਂ ਲਈ ਜਾਂ ਫੀਚਰਸ ਲਈ ਜਾਣੇ ਜਾਂਦੇ ਆ। ਅਤੇ ਆਮ ਤੌਰ 'ਤੇ ਫਲੀਟਾਂ ਦੇ ਵਿੱਚ ਉਹ ਟਰੱਕ ਬਹੁਤ ਘੱਟ ਹੁੰਦੇ ਆ, ਜਿੱਥੇ ਆਪਾਂ ਫਲੀਟਾਂ ਹੁੰਦੀਆਂ ਨੇ ਉੱਥੇ ਜ਼ਿਆਦਾਤਰ ਨੋਰਮਲੀ ਕੈਸਕੇਡੀਆ ਜਾਂ ਵੋਲਵੋ ਟਰੱਕ ਹੀ ਹੁੰਦੇ ਆ ਸਾਰੇ। ਸੋ ਇਹ ਆਪਣੀ ਵੀਡੀਓ ਸੀਗੀ ਆਪਣੇ ਵਿਕਰਮ ਬਾਈ ਦੇ ਚੈਨਲ ਦੇ ਲਈ। ਉਮੀਦ ਆ ਤੁਹਾਨੂੰ ਪਸੰਦ ਆਊਗੀ ਜਾਂ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਦੇਊਗੀ ਟਰੱਕ ਬਾਰੇ। ਸੋ ਜੇ ਆਪਾਂ ਨੂੰ ਰਿਸਪੋਂਸ ਵਧੀਆ ਲੱਗਿਆ ਤਾਂ ਆਪਾਂ ਤੁਹਾਨੂੰ ਕਿਸੇ ਦਿਨ ਇੱਥੇ ਓਪਰੇਸ਼ਨ ਦਿਖਾਵਾਂਗੇ ਵੀ ਇੱਕ ਟਰੈਕਿੰਗ ਕੰਪਨੀ ਦਾ ਕੀ ਓਪਰੇਸ਼ਨ ਹੁੰਦਾ ਅਮੈਰੀਕਾ ਕੈਨੇਡਾ ਦੇ ਵਿੱਚ, ਅਤੇ ਕਿਵੇਂ ਵਰਕ ਕਰਦੀ ਆ। ਇਹ ਆਪਣੀ ਵੀਰੇ ਕੰਪਨੀ ਦਾ ਨਾਮ ਆ, ਅਤੇ ਸਾਡਾ ਪੰਜਾਬ ਤੋਂ ਏਰੀਆ ਹੈਗਾ ਧੂਰੀ ਅਤੇ ਲੁਧਿਆਣਾ, ਅਸੀਂ ਦੋ ਜਗ੍ਹਾ ਨੂੰ ਬਿਲੋਂਗ ਕਰਦੇ ਹਾਂ। ਦੋਸਤੋ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅਤੇ ਇੱਕ ਅੱਜ ਕੱਲ੍ਹ ਯਾਰ ਕਰੋਨਾ ਬਹੁਤ ਜ਼ਿਆਦਾ ਚੱਲ ਰਿਹਾ, ਸੋ ਆਪਾਂ ਦੁਆ ਕਰਦੇ ਹਾਂ ਕਿ ਇਹ ਬਿਮਾਰੀ ਤੋਂ ਸਾਰੇ ਜਾਣੇ ਬਚੇ ਰਹਿਣ, ਅਤੇ ਇਹ ਬਿਮਾਰੀ ਛੇਤੀ ਇਸ ਦੁਨੀਆ ਤੋਂ ਚਲੀ ਜਾਵੇ, ਖਤਮ ਹੋ ਜਾਵੇ। ਅਤੇ ਜਿਨ੍ਹਾਂ ਪਰਿਵਾਰਾਂ ਦਾ ਇਹ ਬਿਮਾਰੀ ਨਾਲ ਬਹੁਤ ਨੁਕਸਾਨ ਹੋਇਆ ਯਾਰ, ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਪਤਾ ਲੱਗਦਾ ਕਿ ਕਿੰਨੀ ਖਤਰਨਾਕ ਬਿਮਾਰੀ ਆ ਹੈ ਨਾ। ਜ਼ਿਆਦਾਤਰ ਲੋਕ ਇਹਨੂੰ ਲਾਈਟਲੀ ਲੈ ਰਹੇ ਆ, ਸੋ ਮੈਂ ਅਪੀਲ ਕਰਦਾ ਵਾਂ ਕਿ ਸਾਰੇ ਜਾਣੇ ਯਾਰ ਥੋੜ੍ਹੇ ਚੁਕੰਨੇ ਹੋਵੋ ਅਤੇ ਆਪਣੇ ਆਪਣੀ ਜ਼ਿੰਮੇਵਾਰੀ ਸਮਝੋ, ਆਪਣੇ ਪਰਿਵਾਰਾਂ ਦਾ ਖਿਆਲ ਰੱਖੋ, ਸਾਰਿਆਂ ਨੂੰ ਗਾਈਡ ਕਰੋ ਜਿੰਨਾ ਵੀ ਤੁਹਾਨੂੰ ਕਰ ਸਕਦੇ ਹੋ, ਪ੍ਰੋਪਰ ਹਾਈਜੀਨਿਕ ਕਰੋ, ਮਾਸਕ ਦਾ ਵਰਤੋਂ ਕਰੋ ਅਤੇ ਆਪਣੇ ਹੈਂਡ ਪ੍ਰੋਪਰਲੀ ਸੈਨੀਟਾਈਜ਼ ਕਰੋ ਅਤੇ ਲੋਕਾਂ ਨੂੰ ਜਿੰਨਾ ਹੋ ਸਕਦਾ ਅਵੇਅਰ ਕਰੋ ਇਹ ਬਿਮਾਰੀ ਦੇ ਪ੍ਰਤੀ, ਤਾਂ ਕਿ ਲੋਕ ਬਚਣ। ਇਹ ਬਹੁਤ ਵਰਸਟ ਇੱਕ ਤਰ੍ਹਾਂ ਦੀ ਲਾਗ ਦੀ ਬਿਮਾਰੀ ਆ ਜਿਹੜੀ ਕਿ ਅੱਗੇ ਫੈਲ ਰਹੀ ਆ ਅੱਜ ਕੱਲ੍ਹ ਹੈ ਨਾ। ਸੋ ਪੰਜਾਬ ਦੀਆਂ ਵੀ ਖਬਰਾਂ ਸੁਣਦੇ ਰਹਿੰਦੇ ਇੱਥੇ ਬਾਈ ਟੀ ਵੀ ਚੈਨਲਾਂ 'ਤੇ, ਜਿਹਦੇ ਕਰਕੇ ਬਹੁਤ ਚਿੰਤਾ ਹੋ ਜਾਂਦੀ ਹੈ ਕਈ ਵਾਰੀ ਹੈ ਨਾ।
ਸੋ ਬਾਕੀ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਆ, ਰੱਬ ਦੀ ਕਿਰਪਾ ਸਾਰੀ ਆ ਨਾ। ਉਮੀਦ ਆ ਕਿ ਬਿਮਾਰੀ ਛੇਤੀ ਠੀਕ ਹੋਊਗੀ। ਇਹਦੇ ਬਿਮਾਰੀ ਦੇ ਲਈ ਕਿਸੇ ਸਰਕਾਰ ਨੂੰ ਕੋਈ ਜ਼ਿੰਮੇਵਾਰ ਨਾ ਠਹਿਰਾਓ, ਕਿਸੇ ਨੂੰ ਵੀ ਮਤਲਬ ਨੈਗੇਟਿਵ ਪ੍ਰੋਪੋਗੰਡਾ ਨਾ ਕਰੋ, ਬਲਕਿ ਸਾਰੇ ਜਾਣੇ ਰਲ ਮਿਲ ਕੇ ਯੋਗਦਾਨ ਪਾਓ ਕਿ ਇਹ ਬਿਮਾਰੀ ਨੂੰ ਆਪਾਂ ਕੰਟਰੋਲ ਕਰੀਏ ਕਿਵੇਂ ਨਾ ਕਿਵੇਂ, ਹੈ ਨਾ। ਜਿੰਨਾ ਵੀ ਹੋ ਸਕੇ ਸਾਰੇ ਜਾਣੇ ਕੋਆਪਰੇਸ਼ਨ ਕਰੋ, ਪ੍ਰਸ਼ਾਸਨ ਨਾਲ ਵੀ ਜਾਂ ਸਾਰਿਆਂ ਨਾਲ ਜੋ ਵੀ ਕਿਤੇ ਚੱਲ ਰਿਹਾ, ਹੈ ਨਾ। ਅਤੇ ਫਾਈਨੈਂਸ਼ੀਅਲ ਲੋਸ ਵੀ ਯਾਰ ਬਹੁਤ ਜ਼ਿਆਦਾ ਹੋਇਆ ਵਾ ਇਹ ਬਿਮਾਰੀ ਨਾਲ, ਬਹੁਤ ਲੋਕਾਂ ਦੇ ਵਿਚਾਰੇ ਕੰਮ ਹੀ ਠੱਪ ਹੋ ਚੁੱਕੇ ਆ, ਹੈ ਨਾ। ਸੋ ਦੁਆ ਕਰਦੇ ਹਾਂ ਕਿ ਛੇਤੀ ਹੀ ਸਾਰਾ ਕੁਛ ਕੰਟਰੋਲ 'ਚ ਆ ਜਾਵੇ ਅਤੇ ਪਹਿਲਾਂ ਵਾਂਗੂ ਲੋਕ ਰਲ ਮਿਲ ਕੇ ਰਹਿਣ ਅਤੇ ਆਪਦੀ ਜ਼ਿੰਦਗੀ ਅੱਗੇ ਤੋਰਨ। ਸੋ ਵਿਕਰਮ ਬਾਈ, ਤੇਰੇ ਯੂਟਿਊਬ ਚੈਨਲ ਆਪਾਂ ਦੇਖਦੇ ਹਾਂ ਰੋਜ਼, ਸਾਰੀਆਂ ਵੀਡੀਓ ਦੇਖਦੇ ਰਹਿੰਦੇ ਹਾਂ, ਬਹੁਤ ਵਧੀਆ ਹੁੰਦੀਆਂ ਨੇ। ਅਤੇ ਬਾਈ ਤੇਰਾ ਕੰਮ ਵੀ ਬਹੁਤ ਵਧੀਆ ਚੱਲ ਰਿਹਾ ਟਰੈਕਟਰਾਂ ਨੂੰ ਰੀਸਟੋਰ ਕਰਨ ਦਾ, ਹੈ ਨਾ। ਅਤੇ ਸਾਰੀ ਟੀਮ ਹੀ ਤੇਰੀ ਵਧੀਆ ਬਣ ਚੁੱਕੀ ਆ ਹੁਣ, ਅਤੇ ਉਮੀਦ ਕਰਦੇ ਹਾਂ ਕਿ ਆਈ ਬਾਈ ਤੁਸੀਂ ਬਹੁਤ ਤਰੱਕੀ ਕਰੋਗੇ, ਹੈ ਨਾ। ਅਤੇ ਜਲਦੀ ਉਮੀਦ ਕਰਦੇ ਹਾਂ ਬਾਈ ਮਿਲੀਅਨ ਸਬਸਕ੍ਰਾਈਬਰ ਹੋ ਜਾਣ, ਫਿਰ ਆ ਕੇ ਪਾਰਟੀ ਲੈਣੀ ਆ ਤੁਹਾਡੇ ਕੋਲੋਂ ਸੰਗਰੂਰ, ਤੁਹਾਡੀ ਵਰਕਸ਼ਾਪ 'ਤੇ ਕੇਕ ਕੱਟਾਂਗੇ, ਫੋਰਡ ਵਾਲੇ ਜਿਵੇਂ ਫੋਰਡ ਹੁੰਦਾ ਨਾ, ਫੋਰਡ ਦੇ ਨਾਲ ਦੇ ਕੇਕ ਬਣਵਾ ਕੇ ਲਿਆਵਾਂਗੇ ਉਸੇ ਡਿਜ਼ਾਈਨ ਦਾ। ਅਤੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਵੀਡੀਓ ਦੇਖਣ ਵਾਲਿਆਂ ਨੂੰ, ਤੁਹਾਡੇ ਲਈ ਸਾਰਿਆਂ ਲਈ ਅਰਦਾਸ ਆ ਕਿ ਸਾਰੇ ਖੁਸ਼ ਰਹੋ, ਤਰੱਕੀਆਂ ਕਰੋ, ਖੂਬ ਆਨੰਦ ਮਾਣੋ, ਤੰਦਰੁਸਤੀਆਂ ਬਖਸ਼ੇ ਰੱਬ ਤੁਹਾਨੂੰ ਅਤੇ ਤਰੱਕੀਆਂ ਬਖਸ਼ੇ। ਧੰਨਵਾਦ।